ਸਮੱਸਿਆ ਜੀ ਸਾਡੀ ਛੱਪੜ ਦੀ ਸਮੱਸਿਆ, ਪਾਣੀ ਦੀ ਸਮੱਸਿਆ ਬਹੁਤ 15-20 ਸਾਲ ਤੋਂ ਇਹ ਸਮੱਸਿਆ ਜੀ। ਪਿੰਡ ਦਾ ਪਾਣੀ ਦਾ ਨਿਕਾਸ ਕੋਈ ਨਹੀਂ ਹੈਗਾ ਅਤੇ ਗਲੀਆਂ ਵਿੱਚ ਪਾਣੀ ਖੜ੍ਹਾ, ਸਾਡੇ ਘਰਾਂ ਤੱਕ ਪਾਣੀ ਪਹੁੰਚ ਗਿਆ ਔਰ ਨਲਕਿਆਂ ਦਾ ਪਾਣੀ ਵੀ ਖਰਾਬ ਹੋ ਚੁੱਕਾ। ਸਾਨੂੰ ਕਈ ਬਿਮਾਰੀਆਂ ਲੱਗ ਚੁੱਕੀਆਂ ਨੇ, ਸਾਰੇ ਬੱਚਿਆਂ ਨੂੰ, ਸਿਆਣੇ ਬਜ਼ੁਰਗਾਂ ਨੂੰ, ਔਰਤਾਂ ਨੂੰ, ਸਾਰਿਆਂ ਨੂੰ, ਯਾਨੀ ਕਿ ਅਸੀਂ ਬਹੁਤ ਪਰੇਸ਼ਾਨ ਹਾਂ। ਅਸੀਂ ਪ੍ਰਸ਼ਾਸਨ ਤੋਂ ਬਹੁਤ ਵਾਰੀ ਮੰਗ ਕੀਤੀ ਹੈ ਕਿ ਸਾਡੇ ਪਿੰਡ ਦਾ ਨਿਕਾਸ ਜਿਹੜਾ ਕੀਤਾ ਜਾਵੇ, ਹੱਲ ਕੀਤਾ ਜਾਵੇ ਨਿਕਾਸ ਦਾ, ਮਗਰ ਅਸੀਂ ਜਾਣਦੇ ਹਾਂ, ਸਾਨੂੰ ਦਿਲਾਸਾ ਦਿੱਤਾ ਜਾਂਦਾ ਵੀ ਤੁਹਾਡਾ ਹੱਲ ਹੋ ਜਾਏਗਾ। ਆਉਂਦੇ ਨੇ ਫਾਰਮੈਲਿਟੀ ਕਰਕੇ ਪੂਰੀ, ਫਿਰ ਚਲੇ ਜਾਂਦੇ ਨੇ। ਕੀ ਕਾਰਨ ਕੀ ਆ, ਕਿਉਂ ਇੱਥੇ ਪਾਣੀ ਇੱਦਾਂ ਰੁਕਿਆ ਹੋਇਆ? ਇਹ ਪਾਣੀ ਹੈ ਜੀ, ਜੋ ਪਹਿਲਾਂ ਤੋਂ ਜਿਹੜਾ ਪਾਣੀ, ਮੀਂਹ ਦਾ ਪਾਣੀ ਸੀ ਉਹ ਤਾਂ ਨਿਕਲ ਜਾਂਦਾ ਸੀ। ਪਿਛਲੀ ਪੰਚਾਇਤ ਨੇ ਸੜਕ ਵਿੱਚ ਮਿੱਟੀ ਪਾ ਕੇ ਉੱਚੀ ਕਰ ਦਿੱਤੀ ਅੱਗੋਂ, ਇਸ ਕਰਕੇ ਜਿਹੜਾ ਮੀਂਹ ਦਾ ਪਾਣੀ ਉਹ ਵੀ ਨਹੀਂ ਬਾਹਰ ਜਾ ਰਿਹਾ। ਨਹੀਂ ਤਾਂ ਇਹ ਪਾਣੀ ਬਾਹਰ ਜਾਂਦਾ ਸੀ, ਸਿਰਫ ਛੱਪੜ ਦੇ ਪਾਣੀ ਦੀ ਪ੍ਰੋਬਲਮ ਸੀ। ਇਹ ਅੱਗੋਂ ਸੜਕ ਉੱਚੀ ਕਰ ਦਿੱਤੀ ਗਈ ਆ, ਇਸ ਕਰਕੇ ਪਾਣੀ ਬਾਹਰ ਹੀ ਨਹੀਂ ਜਾ ਰਿਹਾ, ਗਲੀਆਂ ਦੇ ਵਿੱਚ ਪਾਣੀ ਖੜ੍ਹਾ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਮਿੱਟੀ ਜਿਹੜੀ ਅੱਗੋਂ ਚੁਕਵਾਈ ਜਾਏ ਅਤੇ ਪਾਣੀ ਜਿਹੜਾ ਮੀਂਹ ਦਾ ਪਾਣੀ ਆ ਉਹ ਤਾਂ ਬਾਹਰ ਨਿਕਲ ਜਾਏ। ਉਹਦਾ ਪਾਣੀ ਦੀ ਜਿਹੜੀ ਕੋਈ ਸਮੱਸਿਆ ਉਹਨਾਂ ਦੀ ਹੈਗੀ ਕਿ ਛੱਪੜ ਜਿਹੜਾ ਵਾ ਛੋਟਾ ਹੋਣ ਕਰਕੇ ਜਿਹੜਾ ਉਹਦਾ ਕਾਫੀ ਪਾਣੀ ਉਹਦੇ ਵਿੱਚ, ਹੁਣ ਉਹਦਾ ਐਸਟੀਮੇਟ ਲਾ ਕੇ ਜਿਹੜਾ ਵਾ ਕਿ ਉਹ ਸਰਕਾਰ ਨੂੰ ਭੇਜਣ ਲੱਗੇ ਹਾਂ, ਲਗਭਗ 46 ਲੱਖ ਰੁਪਈਆ ਜਿਹੜਾ ਐਸਟੀਮੇਟ ਹੈਗਾ ਕਿ ਜਿਹੜਾ ਸਮੁੱਚਾਈ ਉਹਨਾਂ ਦਾ ਜਿਹੜਾ ਹੱਲ ਨਿਕਲ ਜੇ ਜਾਂ ਉਹ ਚੀਚੇ ਵਾਲ ਮਾਡਲ ਜਿਹੜਾ ਵਾ ਉਹਦੇ ਆਧਾਰ 'ਤੇ ਜਿਹੜਾ ਪਾਣੀ ਦਾ ਜਿਹੜਾ ਨਿਕਾਸ ਕੀਤਾ ਜਾਊਗਾ। ਆਰਜ਼ੀ ਤੌਰ 'ਤੇ ਜਿਹੜਾ ਕੱਲ੍ਹ ਅਸੀਂ ਮਸ਼ੀਨਾਂ ਲਾ ਕੇ ਜਿਹੜਾ ਪਾਣੀ ਕੱਢ ਦਿੱਤਾ, ਅਜੇ ਕੁਝ ਪਾਣੀ ਅਜੇ ਵੀ ਹੈਗਾ ਇੰਜਣ ਲਾ ਕੇ ਜਿਹੜਾ ਵਾ ਉਹ ਜਿਹੜਾ ਖੇਤਾਂ 'ਚ ਪਾਣੀ ਜਿਹੜਾ ਕੱਢਣ ਲੱਗੇ ਹਾਂ ਕਿ ਜਿਹੜਾ ਇਹਨਾਂ ਦਾ ਪੱਕਾ ਜਿਹੜਾ ਹੱਲ ਨਿਕਲ ਜੇ। ਉਹ ਪੁਰਾਣੇ ਮੋੜ ਜਿਹੜਾ ਹੈਗਾ ਵਾ ਕਾਫੀ ਉਹਦੇ ਵਿੱਚ ਪੁਰਾਣਾ ਛੱਪੜ ਹੋਣ ਕਰਕੇ ਜਿਹੜੀ ਆ ਗਾਰ ਆ ਉਹ ਮਸ਼ੀਨਾਂ ਜਿਹੜੀਆਂ ਲਾ ਕੇ ਸਾਰੀ ਗਾਰ ਗੂਰ ਸਾਰੀ ਕੱਢ ਕੇ ਸਫਾਈ ਕਰਾ ਕੇ, ਬਾਕੀ ਜਦੋਂ ਫੰਡ ਜਦੋਂ ਆਜੂਗਾ ਉਹਦੇ ਵਿੱਚ ਖੋਜੇਪੁਰ ਨੂੰ ਵੀ ਅਸੀਂ ਜਿਹੜਾ ਵਾ ਇਹਦਾ ਵਧੀਆ ਜਿਹੜਾ ਵਾ ਗ੍ਰਾਂਟ ਆਉਣ 'ਤੇ ਜਿਹੜਾ ਇਹਦਾ ਵਧੀਆ ਪਾਰਦਰਸ਼ੀ ਛੱਪੜ ਨੂੰ ਬਣਾ ਦਿੱਤਾ ਜਾਊ। ਸਰ ਇੱਥੇ SC ਕਮਿਊਨਿਟੀ ਆ ਜਿਹੜੀ ਉਹ 80% ਤੋਂ ਜ਼ਿਆਦਾ ਜੀ। ਦੋ ਘਰ ਨੇ ਜੱਟ ਸਿੱਖ ਫੈਮਲੀਆਂ ਦੇ, ਦੋ ਘਰ ਨੇ ਔਰ ਉਹਨਾਂ ਨੇ ਪਿਛਲੇ ਮਤਲਬ ਲਗਭਗ 20 ਸਾਲ ਤੋਂ ਜਦੋਂ ਉਹ ਪੰਚਾਇਤ ਦੇ ਮਤਲਬ ਸੀਗੇ, ਸਰਪੰਚ ਸੀ, ਉਦੋਂ ਉਹਨਾਂ ਨੇ ਜਿੰਨੀਆਂ ਵੀ ਇੱਥੇ 3 ਛੱਪੜ ਸੀ ਸਾਡੇ ਪਿੰਡ ਦੇ ਵਿੱਚ, ਚਾਰ ਛੱਪੜ ਤੋਂ ਉਹਨਾਂ ਨੇ 3 ਛੱਪੜ ਜਿਹੜੇ ਆ ਆਪਣੀ ਜ਼ਮੀਨ ਦੇ ਵਿੱਚ ਸ਼ਾਮਿਲ ਕਰ ਲਏ ਹਨ ਔਰ ਉਸ ਤੋਂ ਬਾਅਦ ਜਿੰਨੀ ਸ਼ਾਮਲੇਟ ਜ਼ਮੀਨ ਸੀ ਉਹ ਵੀ PWD ਦੀਆਂ ਸੜਕਾਂ, ਨਹਿਰੀ ਮਹਿਕਮੇ ਦੀਆਂ ਸੜਕਾਂ ਵੀ ਜਿਹੜੀਆਂ ਉਹ ਮਲ ਚੁੱਕੇ ਹਨ, ਜ਼ਮੀਨਾਂ ਜਿਹੜੀਆਂ ਵੀ ਹੈ ਔਰ ਸਾਨੂੰ ਇਹ ਨਰਕ ਭਰੀ ਜ਼ਿੰਦਗੀ ਜੀਣ ਵਾਸਤੇ ਵੀ ਜਿਹੜਾ ਆ ਉਹਨਾਂ ਦਾ ਮਤਲਬ ਹੈਗਾ ਜਿੰਨਾ ਵੀ ਹੈਗਾ ਰੋਲ, ਕਿਉਂਕਿ ਇੱਥੇ ਡਾਊਨ ਦੇ ਵਿੱਚ ਨਾ ਸੜਕ ਜਾ ਰਹੀ ਆ, ਉਹਨਾਂ ਨੇ ਮਿੱਟੀ ਪਾ ਕੇ ਉੱਚੀ ਕੀਤੀ ਹੋਈ ਆ ਔਰ ਅਸੀਂ ਜਿਹੜੀ ਆ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ ਔਰ ਸਾਡੇ ਪਿੰਡ ਦੇ ਪਾਣੀ ਦੇ ਵਿੱਚ ਵੀ ਲੈਡ ਆ ਚੁੱਕੀ ਹੈ ਔਰ ਉਹਦੇ ਨਾਲ ਕੈਂਸਰ ਨਾਲ 2 ਲੋਕ ਮਰ ਚੁੱਕੇ ਹਨ, ਉਹਦਾ ਵੇਰਵਾ ਹੈਗਾ TV ਨਾਲ ਮਰ ਚੁੱਕੇ ਹਨ ਔਰ ਅੱਜ ਵੀ ਲੋਕ ਚਮੜੀ ਦੇ ਰੋਗਾਂ ਤੋਂ ਬਹੁਤ ਜ਼ਿਆਦਾ ਔਰ ਪੇਟ ਦੀ ਇਨਫੈਕਸ਼ਨ ਨਾਲ ਪ੍ਰੋਬਲਮ ਜਿਹੜੀਆਂ ਹੈਗੀਆਂ। ਸਾਡੇ ਪਿੰਡ ਦੀ ਸਮੱਸਿਆ ਇਹ ਆ ਸਰ, ਛੱਪੜ ਦਾ ਪਾਣੀ ਕਿਧਰੇ ਨਾ ਨਿਕਾਸ ਹੋਣ ਕਰਨ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਜੀ, ਕਰੀਬ 15-20 ਸਾਲਾਂ ਤੋਂ। ਜਦਕਿ ਪ੍ਰਸ਼ਾਸਨ ਨੂੰ ਅਗਸਤ 2018 ਤੋਂ ਸੰਬੰਧਿਤ ਮਹਿਕਮਿਆਂ ਨੂੰ ਸਾਰਿਆਂ ਨੂੰ ਲਿਖਤੀ ਰੂਪ ਵਿੱਚ ਅਰਜ਼ੀਆਂ ਦਿੱਤੀਆਂ ਗਈਆਂ ਨੇ, ਈਵਨ ਕਿ DC ਸਾਹਿਬ ਨੂੰ ਵੀ, ਉਹਨਾਂ ਨੇ ਹਜੇ ਤੱਕ ਇਹਦਾ ਵੀ ਕੋਈ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਿਰਫ ਝੂਠੇ ਵਾਅਦੇ ਦਾਅਵੇ ਦਲਾਸੇ ਦੇ ਕੇ ਦਫ਼ਤਰ ਵਿੱਚੋਂ ਭੇਜਿਆ ਜਾਂਦਾ। ਇੱਥੇ ਆ ਕੇ ਸੰਬੰਧਿਤ ਮਹਿਕਮੇ ਦੇ ਜਿੰਨੇ ਅਫਸਰ ਹੁੰਦੇ ਨੇ ਸਿਰਫ ਦੌਰਾ ਕਰਕੇ ਚੱਲ ਜਾਂਦੇ ਨੇ ਔਰ ਦੌਰੇ ਤੋਂ ਬਾਅਦ ਦਫ਼ਤਰ ਵਿੱਚ ਪਹੁੰਚਣ ਤੋਂ ਬਾਅਦ ਭੁੱਲ ਜਾਂਦੇ ਨੇ ਜੀ। ਮੁਸ਼ਕਲਾਂ ਸਰ ਆਉਣ ਜਾਂਦੀ, ਇੱਕ ਤਾਂ ਨੰਬਰ ਫਸਟ ਆਉਣ ਜਾਣ ਦੀ ਸਮੱਸਿਆ ਹੈਗੀ ਹੈ, ਬੱਚੇ ਬੁੜੇ ਜਵਾਨ ਜਿਹੜੇ ਪਾਣੀ ਵਿੱਚੋਂ ਨਿਕਲਦੇ ਨੇ, ਨੰਬਰ 2 ਕਈ ਲੋਕ ਇੱਥੇ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਨੇ ਜਿੱਦਾਂ ਟਾਈਫਾਇਡ, ਮਲੇਰੀਆ ਜਾਂ ਹੋਰ ਆਦਿ ਕਈ ਬਿਮਾਰੀਆਂ ਨੇ, ਕਈ ਲੋਕਾਂ ਨੂੰ ਚਮੜੀ ਰੋਗ ਨੇ, ਕਈ ਵਾਰੀ ਦਵਾਈਆਂ ਲੈ ਚੁੱਕੇ ਨੇ ਲੇਕਿਨ ਦਵਾਈਆਂ ਦੇਣਾਂ 'ਤੇ ਅਸਰ ਨਹੀਂ ਹੋ ਰਿਹਾ, ਸਿਰਫ ਕਾਰਨ ਕੀ ਹੈਗਾ ਪਾਣੀ ਖਰਾਬ ਹੋਣ ਦੇ ਕਾਰਨ ਕਰਕੇ। ਈਵਨ ਕਿ ਜਿਹੜੇ ਇੱਥੇ ਵਾਟਰ ਸਪਲਾਈ ਵੱਲੋਂ ਔਰ ਹੋਮ PSC ਰਣਜੀਤ ਬਾਗ ਵੱਲੋਂ ਜਿਹੜੇ ਸਰਕਾਰੀ ਨਲਕੇ ਲੱਗੇ ਨੇ ਉਹ ਵੀ ਫੇਲ ਕੀਤੇ ਗਏ ਨੇ, ਉਹਨਾਂ ਦੀ ਨਲਕੀਆਂ ਕੱਢ ਕੇ ਜਮ੍ਹਾਂ ਕਰਾ ਦਿੱਤੀਆਂ ਗਈਆਂ ਨੇ ਕਿ ਇਹਦਾ ਪਾਣੀ ਨਾ ਪੀਤਾ ਜਾਵੇ, ਕਿਉਂਕਿ ਪਾਣੀ ਪੂਰੇ ਹੀ ਪਿੰਡ ਦਾ ਖਰਾਬ ਹੋ ਚੁੱਕਿਆ। ਈਵਨ ਕਿ ਸਾਡੇ ਫਿਲਟਰ ਵੀ ਜਿਹੜੇ ਨੇ ਉਹ ਵੀ ਜਵਾਬ ਦੇ ਚੁੱਕੇ ਨੇ ਜੀ।